Garden. मेरे को थोड़ी आया नंबर, बैल थोड़ी मारी। गीता की है पूरा मामला। ये मेरा बच्चा छोटा जा धोती वेखो सड़ गया। ये गई समोसे लेने वास्ते 40 रुपये दिते ही अं, उन्होंने 2 समोसे दिते आ ते इहदी माँ गई, मेरा बेटा गया कि अहीं ते 40 रुपये दिते, तुसीं 2 समोसे दिते आ, कहिंदे पैसे नहीं अहीं ले। इन्ना गल ही होई आ ते किते बोल बुलारा होया ते फड़ के मेरे बेटे दे उत्ते तेल पाई गए। ਅਸੀਂ ਭੱਜੇ ਛਡਾਉਣ ਨੂੰ ਤੇ ਸਾਡੇ ਉੱਤੇ ਵੀ ਸਾਰਿਆਂ ਦੇ 6 ਜਣਿਆਂ 'ਤੇ ਪਾਇਆ ਜੀ। ਕਿੰਨੇ ਜਣੇ? 6 ਜਣਿਆਂ 'ਤੇ 2 ਜਣੇ ਤਾਂ ਸੀਰੀਅਸ ਆ। ਇਹ ਅਸੀਂ ਕਿਹੜੇ ਹਸਪੀਟਲ ਲੈ ਗਏ? ਗੁਰੂ ਨਾਨਕ ਹਸਪੀਟਲ। ਪੁਲਿਸ ਕੰਪਲੇਂਟ ਕੀਤੀ ਤੁਸੀਂ? ਹਾਂਜੀ, ਪੁਲਿਸ ਵਾਲੇ ਕਹਿੰਦੇ ਜਾਓ ਆਪੋ ਆਪਣੇ ਘਰਾਂ ਨੂੰ ਜਾਓ। ਹਾਂਜੀ ਹਾਂ, ਨਹੀਂ ਕਹਿੰਦੇ ਸਾਡਾ ਬੱਚਾ ਠੀਕ ਹੋਵੇ ਇਹਦੀ ਦੁਕਾਨ ਬੰਦ ਹੋਣੀ ਚਾਹੀਦੀ ਆ। ਕੋਈ ਪੁਰਾਣੀ ਰੰਜਿਸ਼ ਨਹੀਂ? ਨਹੀਂ ਬੇਟਾ, ਕੋਈ ਰੰਜਿਸ਼ ਨਹੀਂ। ਅਸੀਂ ਤਾਂ ਮਿਹਨਤਦਾਰ ਬੰਦੇ ਹਾਂ, ਆਟੋ ਚਲਾਉਂਦੇ ਹਾਂ ਅਤੇ ਅਸੀਂ ਖਾਂਦੇ ਹਾਂ ਰੋਟੀ, ਅਸੀਂ ਝਗੜਾ ਕਰਕੇ ਕੀ ਲੈਣਾ ਵਾ? ਹੁਣ ਕਿੰਨਾ ਕੁ ਮੇਰਾ ਬੱਚਾ ਦਿਹਾੜੀ 'ਚ ਪੈ ਗਿਆ। ਸਵੇਰੇ 6 ਵਜੇ 7 ਵਜੇ ਚੱਲ ਜਾਂਦਾ ਸੀ, ਰਾਤ ਨੂੰ 12-1 ਵਜੇ ਆਉਂਦਾ ਸੀ ਗੱਡੀ ਲੈ ਕੇ। ਭਾਵੇਂ ਇਨਕੁਆਇਰੀ ਕਰ ਲਓ ਗਲੀ ਮੁਹੱਲੇ 'ਚ ਸਾਰੇ ਹੀ। ਬੰਟੀ ਹਾਂ, ਇੱਥੋਂ ਦਾ ਹੀ ਰਹਿਣ ਵਾਲਾ ਵਾ। ਹੀਰਾ ਵਰਮਾ ਭਾਜੀ, ਭਾਜੀ ਮੈਂ ਨਾ ਕੰਮ ਤੋਂ ਆਇਆ, ਮੈਂ ਨਹਾ ਧੋ ਕੇ ਮੈਂ ਆਖਿਆ ਮੈਂ ਗੁੜੀਆਂ ਨੂੰ ਭੇਜਿਆ ਵੀ ਸਮੋਸੇ ਲਿਆ ਖਾਣਾ ਖਾ ਲਈਏ, ਮੈਂ ਰੋਟੀ ਖਾਣੀ, ਅਤੇ ਉਹਨਾਂ ਨੂੰ ਮੈਂ 37 ਰੁਪਏ 37 ਰੁਪੀਸ ਮੈਂ ਦੇ ਕੇ ਅਤੇ ਇਕੱਲਿਆ ਉਹਨਾਂ ਨੂੰ, ਅਤੇ ਉਹਨਾਂ ਨੇ 2 ਸਮੋਸੇ ਦੇਤੇ ਮੈਨੂੰ, ਅਤੇ ਮੈਂ ਕਿਹਾ ਵੀ 4 ਸਮੋਸੇ ਦੇਣ ਲਈ ਭੇਜਿਆ ਸੀ ਤੈਨੂੰ ਅਤੇ ਤੂੰ 2 ਲਿਆ, ਕਹਿੰਦੇ ਨਹੀਂ ਉਹਨਾਂ ਨੇ ਇੰਨੇ ਦਿੱਤੇ। ਮੈਂ ਗਿਆ ਵਾਪਸ ਵੀ ਤੁਸੀਂ ਕਿੰਨੇ ਦਿੱਤੇ ਸਮੋਸੇ ਦੱਸੋ ਤੁਸੀਂ, ਅਤੇ ਐਸੇ 'ਚ ਉਹ ਮੇਰੇ ਨਾਲ ਬਹਿਸ ਵਸਾਈ ਹੋ ਵੀ, ਉਹ ਕਹਿੰਦੇ ਨਹੀਂ ਤੁਸੀਂ ਇਸ ਤਰ੍ਹਾਂ, ਉਹਨਾਂ CCTV ਫੋਟੋਸ ਵੀ ਉਹਨਾਂ ਨੇ ਮੈਂ ਵਿਖਾਏ ਉਹਨਾਂ ਨੂੰ, ਅਤੇ ਫਿਰ ਉਹ ਕਲੀਅਰ ਹੋ ਗਿਆ ਵੀ ਨਹੀਂ ਮੈਨੇ 37 ਰੁਪੀਸ ਹੀ ਦੀਏ ਥੇ, ਤਾਂ ਉਹਨਾਂ ਨੇ ਫਿਰ ਬਹਿਸ ਵਸਾਈ ਆਪਸ ਮੇਂ ਹੋ ਗਈ, ਅਤੇ ਫਿਰ ਉਹ ਤਿੰਨੋਂ ਲੋਕ ਮੇਰੇ 'ਤੇ ਆ ਕੇ ਟੁੱਟ ਪੜੇ, ਉਹਨਾਂ ਨੇ ਮੇਰੇ 'ਤੇ ਨਹੀਂ ਸਰ, ਉਹਨਾਂ ਦੇ CCTV ਕੈਮਰੇ 'ਚ ਵੀ ਆਇਆ ਵਾ ਵੀ 37 ਰੁਪੀਸ ਹੀ ਦਿੱਤੇ ਸੀ, 4 ਸਮੋਸਿਆਂ ਦੇ ਪੈਸੇ ਦਿੱਤੇ, ਉਹਨਾਂ ਨੇ 2 ਦੇ ਕੇ ਭੇਜਤਾ ਭਾਅ ਜੀ, ਉਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਵੇ, ਸਾਡੀ ਇਹੋ ਹੀ ਮੰਗ ਹੈ ਜੀ। ਇਹ ਪੂਰਾ ਮਾਮਲਾ ਜੇ ਹੋਇਆ ਜੀ, ਤੁਹਾਨੂੰ ਘਰ ਆਣ ਕੇ ਮਾਰਨ ਪਏ ਨੇ, ਆਪਣੀ ਜਾਨ ਬਚਾਉਣ ਦੀ ਖਾਤਰ ਮੁੰਡੇ ਨੇ ਤੇਲ ਪਾਤਾ ਮਾੜਾ ਜਿਹੜਾ ਅੰਦਰ 'ਚ ਪਾਇਆ ਤੇਲ, ਉਹਨਾਂ ਨੇ 3 ਦਾਤਰ ਅਤੇ ਮਾਵਾਂ ਧੀਆਂ 3 ਜਣੇ ਹੁੰਦੇ ਨਾਲ ਸਾਰਾ ਮਹੱਲਾ ਉਹਦੇ ਨਾਲ ਲੜਨਾ ਲੈਣਾ ਹੋਇਆ। ਕਿਸ ਚੀਜ਼ ਤੋਂ ਸ਼ੁਰੂ? ਕਿਸ ਚੀਜ਼ ਤੋਂ ਸ਼ੁਰੂ ਹੋਇਆ? ਮਤਲਬ ਉਹਨਾਂ 17 ਰੁਪਏ ਦਿੱਤੇ ਨੇ, ਅਤੇ ਉਹ ਕਹਿੰਦੇ ਮੈਂ 20 ਦਿੱਤੇ ਨੇ, ਅਸੀਂ ਸਮੋਸੇ ਵੀ ਦੇ ਦਿੱਤੇ ਉਹਨਾਂ ਨੂੰ ਜਨਾਬ ਦੀ ਗਰਮ ਕਰਕੇ, ਫਿਰ ਜਾਓ
समोसे छड के फिर आ गया दफ्तर लैन। हाँ हूँ उन्होंने बड़ा वीडियो वेख लियो तुम, वीडियो मुलाजम को भी गई है। हाँ जी मुलाजम वेख ली है भी 40 ने भी मैं उन्होंने हाथ जोड़ जोड़ के वापस भेजा। मैं कहा भाजी चलो कोई गल नहीं, महल च असी कट्ठे रहना हो जाती होंगे गलतियाँ, चलो ढे कोई हाडे कोई असं मान लें। मैं हाथ जोड़ के उन्होंने वापस भेजन की कोशिश की है, तो वह माँ भैन दगों बहुत गंदिया गंदिया गाला क्ढन गई। बाद जाके दातर लैके आए मारन पे, मैं इतने खलोती छोटे जे बच्चे ना, तो वो जड़े भाजी उधर है। हाँ जी वो जड़े भाजी वो आए इधर, मैं इतने खलोती अपने बच्चे लैके, तो उन्होंने यह नहीं वेख्या कि कोई जनानी वो हाथ बच्चा आ, वो फटाफट भजे आए इधर मेरे वाल। मेरे जेठ जी इतने से, तो वह मेरे अगे हो गए, उन्होंने दातर वजे उदो मेरे घर वजे तो सट्टा लगियाँ। तो मैं तो फिर उन्होंने बच्चे तो फिर बचाना ही, मैं बच्चे लैके अंदर चल गई, बच्चे बचाया। हूँ मैं अपना नहीं हूँ आए बच्चे बच्चे थले ही मां गुड़िया ही उन्होंने गुड़िया के मां नाल ही आई हूँ मेरा बच्चा नाल मैं लड़ा मेरे बच्चे नाल ही जाना उन्होंने घर कितने कितने आ लड़े ना बच्चा उन्होंने नाल ही जल मेरे बड़े ने दातर मारे वे तो भरा वेख के सिखाएगा उन्हें उस हाथ तेल ही तेल चुक ली पूनी इतों दातर है बचा कितने दातर मारे मुझे मारे दातर। हाँ जी नहीं नहीं अं नहीं पाया तेल हाँ लड़ाई नहीं कहीं किसी हो सारे महला मुलाजम सुनी जान डी ज्यादा कर मुंडा देरू का जैला जो होम गार्ड। हां जो जान के कर रहे मुलाजम है मुलाजम दिखाई ही ज्यादा ਤਾਂ ਪਤਾ ਮਲਾਜਮਾ ਮਲਾਨੇ ਦੇ ਕੇ ਦੂਸਰੇ ਨੂੰ ਬੱਚੇ ਵਾਲ ਨਹੀਂ ਸੀ ਉਹਨਾਂ ਨੂੰ ਆਣਾ ਚਾਹੀਦਾ। ਮੈਨੂੰ ਪਤਾ ਮੈਂ ਕਿਸੇ ਨਾਲ ਮੰਗ ਕੇ ਆਪਣਾ ਪੁੱਛਤਾ ਵੇ ਨਿੰਦੀ ਨੂੰ ਕੁਝ ਹੋ ਜਾਂਦਾ ਮੈਂ ਕੀ ਕਰਨਾ ਹੈ ਉਹ ਆਦਮੀ ਨੂੰ ਬੱਚੋ ਹੀ ਤੇ ਕੌਣ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿੱਥੇ ਜਾਣਾ ਇਹਨੂੰ ਨਹੀਂ ਹੋਇਆ ਹੁਣ ਥੋੜੇ ਦਿਨਾਂ ਰਿਸ਼ਤੇਦਾਰਾਂ ਸਾਡਾ ਮੁੰਡਾ ਜਿਹੜਾ ਵੱਡਿਆ ਗਿਆ ਹੈ ਉੱਥੇ ਸਾਡੇ ਨਾਲ ਧੱਕਾ ਹੋਣ ਡਿਆ ਜਨਾਬ ਜੀ ਮੇਰਾ ਤੇ ਰਾਫੀ ਬਣੇਗਾ ਠੀਕ ਹੈ ਜੀ ਸਾਹੀ ਕਿਸੇ ਕੋਲ ਨਹੀਂ ਕੋਈ ਮੰਗ ਲੋਦੇ ਅਸੀਂ ਉਹਦਾ ਹੀ ਭਲਾ ਹੋਵੇ ਜਿਹਨੇ ਸਾਡੇ ਮਾਰਿਆ ਦਾਤਰ ਮੇਰੇ ਬੱਚੇ ਨੇ ਅਸੀਂ ਪ੍ਰਭੂ ਵਾਲੇ ਆ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਗਾਲ ਨਹੀਂ ਕੱਢਦੇ ਉਹਦਾ ਭਲਾ ਹੀ ਹੋਵੇ ਠੀਕ ਹੈ ਜੀ ਇੱਥੇ ਭਾਈ ਦੋ ਧਿਰਾਂ ਲੜੀਆਂ ਵਾ ਇੱਕ ਧਿਰ ਨੇ ਦਾਤਰ ਮਾਰੇ ਹਲਵਾਈ ਦੀ ਦੁਕਾਨ ਤੇ ਜਾ ਕੇ ਉੱਥੇ ਲੜਾਈ ਦੇ ਝਗੜੇ ਦੌਰਾਨ ਉਹਨਾਂ ਦੇ ਦੂਜੀ ਪਾਰਟੀ ਨੇ ਤੇਲ ਪਾਤਾ ਵਾ ਜੀ ਉਹੀ ਸੀਸੀਟੀਵੀ ਕੈਮਰੇ ਖੰਗਾਲਣਦੇ ਵੇਖਾਂਗੇ ਵੈਰੀਫਾਈ ਕਰਾਂਗੇ ਜੋ ਬੰਦੀ ਕਾਰਵਾਈ ਅਮਲ ਚ ਲਿਆ ਦਾਤਰ ਆ ਜਿਹੜੀਆਂ ਬੀਬੀਆਂ ਘੁੰਮਦੀਆਂ ਇਹਨਾਂ ਦੇ ਨਾਲ ਬੰਦੇ ਜਿਹੜੇ ਇਹਨਾਂ ਦੇ ਨਾਲ ਲੇਕਿਨ ਜਿਹੜਾ ਪਰਿਵਾਰ ਹੈ ਪਰਿਵਾਰ ਕਹਿੰਦਾ ਵੀ ਬੱਚੇ ਸਮੋਸੇ ਲੈਣ ਗਏ ਕਿ ਬੱਚੇ ਦਾਤਰ ਥੋੜੀ ਲੈਣ ਗਏ ਬੱਚੇ ਥੋੜੀ ਤਾਂ ਬੱਚਿਆਂ ਦੇ ਫਾਦਰ ਮਦਰ ਜਿਹੜੇ ਨਾਲ ਪੇਰੈਂਟਸ ਸੀ ਉਹ ਦਾਤਰ ਲੈ ਕੇ ਗਏ ਅਸੀਂ ਸੀਸੀਟੀਵੀ ਕੈਮਰੇ ਕਢਾ ਲਏ ਆ ਜੀ ਰਿਕਾਰਡਿੰਗ ਸਾਡੇ ਕੋਲ ਹੈ ਜੀ ਹਾਂਜੀ ਭਾਜੀ ਦੋਨਾਂ ਧਿਰਾਂ ਨੂੰ ਡਾਕਟਰ ਕੱਢ ਕੇ ਦੇਤੇ ਜਿਹੜੇ ਜ਼ਿਆਦਾ ਜਿਨ੍ਹਾਂ ਦੇ ਸੱਟਾਂ ਲੱਗੀਆਂ ਹੈ ਅਤੇ ਜੋ ਵੀ ਰਿਜ਼ਲਟ ਆਏਗਾ ਉਹ ਤੁਹਾਨੂੰ ਤੱਕ ਆ ਗਈ ਹਾਂਜੀ ਦੋਨੇ ਜਣੇ ਅਸੀਂ ਦੋਨੇ ਧਿਰਾਂ ਹੋਸਪਿਟਲ ਭੇਜੀਆਂ ਜੀ ਦੋਨੇ ਧਿਰਾਂ ਹੋਸਪਿਟਲ ਭੇਜੀਆਂ ਅਸੀਂ ਮੌਕੇ 'ਤੇ ਆਏ ਹਾਂ ਜੋ ਬੰਦੀ ਡਾਕਟਰ ਸਾਹਿਬ ਜੋ ਰਿਪੋਰਟ ਦੇਣਗੇ ਉਹਦੇ ਮੁਤਾਬਕ ਕਾਰਵਾਈ ਹੋ ਜਾਵੇ।